ਤਾਂ ਇਹਨਾਂ ਲੋਕਾਂ ਦੇ ਹਾਲ ਤੁਸੀਂ ਦੇਖ ਸਕਦੇ ਹੋ ਕਿ ਭੀਖ ਮੰਗਣ ਦੇ ਲਈ ਕਿਹੋ ਜਿਹੇ ਤਰੀਕੇ ਨੇ ਜਿਹੜੇ ਇਹਨਾਂ ਦੇ ਵੱਲੋਂ ਅਪਣਾਏ ਜਾਂਦੇ ਨੇ। ਚੰਗੇ ਭਲੇ ਹੁੰਦੇ ਹੋਏ ਵੀ ਆਪਣੇ ਆਪ ਨੂੰ ਇਹਨਾਂ ਦੇ ਵੱਲੋਂ ਅਪਾਹਿਜ ਦਿਖਾਇਆ ਜਾਂਦਾ, ਕੋਈ ਫੌੜੀਆਂ ਲੈ ਕੇ ਤੁਰਦਾ ਅਤੇ ਕੋਈ ਕੈਮੀਕਲ ਦੇ ਨਾਲ ਆਪਣੇ ਸਰੀਰ ਦੇ ਉੱਪਰ ਜ਼ਖਮ ਕਰ ਲੈਂਦਾ। ਪਹਿਲਾਂ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਸੀ, ਪਰ ਇੱਕ ਹੁਣ ਤਸਵੀਰਾਂ ਦੇ ਵਿੱਚ ਅਜਿਹੀ ਹੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਜਲੰਧਰ ਦੀ ਇੱਕ ਪੌਰਸ਼ ਕਲੋਨੀ ਦੇ ਵਿੱਚ ਇੱਕ ਜੋੜਾ ਜਿਹੜਾ ਉਹ ਭੀਖ ਮੰਗਦਾ ਹੋਇਆ ਦਿਖਾਈ ਦਿੰਦਾ, ਪਰ ਜਿਹੜੇ ਉਹ ਪੌਰਸ਼ ਕਲੋਨੀ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਸ਼ੱਕ ਹੁੰਦਾ। ਸ਼ੱਕ ਹੋਣ ਤੋਂ ਬਾਅਦ ਜਦੋਂ ਉਹ ਉਹਨਾਂ ਉੱਪਰ ਕਾਰਵਾਈ ਕਰਦੇ ਨੇ, ਉਹਨਾਂ ਤੋਂ ਪੁੱਛਗਿੱਛ ਕਰਦੇ ਨੇ, ਤਾਂ ਉਹ ਜੋੜਾ ਜਿਹੜਾ ਮਾਫੀਆ ਮੰਗਦਾ ਹੋਇਆ ਨਜ਼ਰ ਆਉਂਦਾ, ਪਰ ਉਹ ਜੋੜਾ ਫਿਰ ਵੀ ਨਹੀਂ ਮੰਨਦਾ ਕਿ ਇਹ ਅਪਾਹਿਜ ਨਹੀਂ ਹੈ। ਤਾਂ ਜਦੋਂ ਲੋਕਾਂ ਦੇ ਵੱਲੋਂ ਜ਼ਿਆਦਾ ਸਖਤੀ ਦੇ ਨਾਲ ਇਸ ਜੋੜੇ ਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਸਹੀ ਸਲਾਮਤ ਹੈ ਮੰਨ ਜਾ, ਤਾਂ ਉਸ ਤੋਂ ਬਾਅਦ ਜਿਹੜਾ ਉਹ ਵਿਅਕਤੀ ਹੁੰਦਾ ਜਿਹੜਾ ਕਿ ਫੌੜੀਆਂ ਲੈ ਕੇ ਤੁਰ ਰਿਹਾ ਹੁੰਦਾ, ਤਾਂ ਉਹ ਮਿੰਟਾਂ 'ਚ ਦੇਖਦੇ ਹੀ ਦੇਖਦੇ ਗੋਲੀ ਵਾਂਗ ਉੱਥੋਂ ਫਰਾਰ ਹੋ ਜਾਂਦਾ। ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਇੱਕ ਪੌਰਸ਼ ਕਲੋਨੀ ਦੇ ਵਿੱਚ ਇੱਕ ਭੀਖ ਮੰਗਣ ਵਾਲਾ ਜੋੜਾ ਜਿਹੜਾ ਉਹ ਦਾਖਲ ਹੁੰਦਾ। ਲੋਕਾਂ ਨੂੰ ਸ਼ੱਕ ਹੁੰਦਾ ਹੈ ਕਿ ਜਿਹੜਾ ਉਹ ਅਪਾਹਿਜ ਫੌੜੀਆਂ ਲੈ ਕੇ ਬੰਦਾ ਤੁਰ ਰਿਹਾ ਵੀ ਉਹ ਸਹੀ ਸਲਾਮਤ ਹੈ, ਜਿਸ ਤੋਂ ਬਾਅਦ ਲੋਕ ਨੇ ਜਿਹੜੇ ਉਸ ਨੂੰ ਟੁੱਟ ਕੇ ਪੈ ਜਾਂਦੇ ਨੇ। ਜ਼ਿਆਦਾ ਸਖਤੀ ਦੇ ਨਾਲ ਉਸ ਵਿਅਕਤੀ ਦੇ ਕੋਲੋਂ ਪੁੱਛਗਿੱਛ ਜਿਹੜੀ ਉਹ ਕੀਤੀ ਜਾਂਦੀ ਹੈ, ਅਤੇ ਇਹ ਜੋੜਾ ਜਿਹੜਾ ਉਹ ਉਹਨਾਂ ਲੋਕਾਂ ਤੋਂ ਮਾਫ਼ੀ ਮੰਗਦਾ ਹੋਇਆ ਨਜ਼ਰ ਆਉਂਦਾ। ਤਾਂ ਜਦੋਂ ਲੋਕ ਨਹੀਂ ਹਟਦੇ, ਲੋਕ ਜ਼ਿਆਦਾ ਸਖਤੀ ਅਪਣਾਉਂਦੇ ਨੇ, ਤਾਂ ਉਸ ਤੋਂ ਬਾਅਦ ਉਹ ਵਿਅਕਤੀ ਆ ਜਿਹੜਾ ਉਹ ਆਪਣੀਆਂ ਫੌੜੀਆਂ ਛੱਡ ਕੇ ਆਪਣੀਆਂ ਲੱਤਾਂ ਦੇ ਭਾਰ ਗੋਲੀ ਵਾਂਗ ਭੱਜਦਾ ਹੋਇਆ ਦਿਖਾਈ ਦੇ ਜਾਂਦਾ। ਤਾਂ ਬਾਕੀ ਹੁਣ ਘਟਨਾ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਉਂਦੇ ਹਾਂ। ਤੁਹਾਡਾ ਭੈਣ ਚੋ ਡਰਾਮਾ ਬਾਬੂ ਜੀ ਕਰੀ ਬਾਬੂ ਜੀ ਬਾਬੂ ਜੀ